ਪੀਆਰਟੀਸੀ ਦੇ ਬੱਸ ਕੰਡਕਟਰ ਦੀ ਦੋ ਨੌਜਵਾਨਾਂ ਦੇ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਆ। ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸਦੇ ਸਿਰ ਦੇ ਵਿੱਚ ਕਈ ਟਾਂਕੇ ਲੱਗੇ ਨੇ ਤੇ ਉਸਦੇ ਨੱਕ ਦੀ ਹੱਡੀ ਵੀ ਟੁੱਟ ਗਈ ਹੈ। ਜਾਣਕਾਰੀ ਮੁਤਾਬਕ ਬਾਈਕ ਸਵਾਰ ਨੌਜਵਾਨਾਂ ਨੂੰ ਬੱਸ ਵੱਲੋਂ ਸਾਈਡ ਨਹੀਂ ਦਿੱਤੀ ਗਈ, ਜਿਸ ਕਾਰਨ ਗੁੱਸੇ ਦੇ ਵਿੱਚ ਆ ਕੇ ਨੌਜਵਾਨਾਂ ਨੇ ਪਹਿਲਾਂ ਬੱਸ ਅੱਗੇ ਆਪਣੀ ਬਾਈਕ ਲਗਾਈ ਅਤੇ ਫਿਰ ਕੰਡਕਟਰ ਅਤੇ ਡਰਾਈਵਰ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੰਡਕਟਰ ਨੂੰ ਬੱਸ ਤੋਂ ਥੱਲੇ ਉਤਾਰ ਕੇ ਉਸਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਤੇਜ਼ਧਾਰ ਹਥਿਆਰਾਂ ਨਾਲ ਉਸਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਦੋਵੇਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਕੰਡਕਟਰ ਦਾ ਕਹਿਣਾ ਹੈ ਕਿ ਬਿਨਾਂ ਗੱਲ ਤੋਂ ਹੀ ਇਹਨਾਂ ਨੌਜਵਾਨਾਂ ਨੇ ਉਹਨਾਂ ਨਾਲ ਪੰਗਾ ਲਿਆ। ਜਿਵੇਂ ਹੀ ਬੱਸ ਪੁਲ ਤੇ ਚੜ੍ਹਨ ਲੱਗੀ, ਬਾਈਕ ਨੂੰ ਬੱਸ ਅੱਗੇ ਲਗਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸਨੂੰ ਬੱਸ ਦੇ ਵਿੱਚੋਂ ਧੱਕੇ ਨਾਲ ਥੱਲੇ ਉਤਾਰਿਆ ਗਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰ ਮਾਰ ਕੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਬੱਸ ਬਠਿੰਡਾ ਤੋਂ ਅੰਬਾਲਾ ਵੱਲ ਨੂੰ ਜਾ ਰਹੀ ਸੀ ਅਤੇ ਜਿਵੇਂ ਹੀ ਬੱਸ ਰਾਮਪੁਰਾ ਫਲਾਈਓਵਰ ਦੇ ਕੋਲ ਪਹੁੰਚੀ ਤਾਂ ਘਟਨਾ ਵਾਪਰ ਗਈ। ਫਿਲਹਾਲ ਪੀੜਤ ਕੰਡਕਟਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਨਪਿੰਦਰ ਸਿੰਘ ਹੈ ਜੀ। ਗੱਲ ਤਾਂ ਕੁਛ ਵੀ ਨਹੀਂ ਜੀ, ਮੈਂ ਗੱਡੀ ਲਈ ਆਉਣਾ, ਪੁਲ ਤੇ ਚੜੀ ਜਾਂਦੀ ਹੈ ਜੀ ਆਪਣੀ ਗੱਡੀ, ਆਰਾਮਪੁਰੇ ਤੋਂ ਪਿੱਛੇ ਪੁਲ ਨਹੀਂ ਜੀ ਪਹਿਲਾਂ ਪੈਂਦਾ ਜੀ ਉੱਥੇ, ਮਗਰੋਂ ਆਏ ਕੋਈ ਗੱਲਬਾਤ ਨਹੀਂ, ਕੋਈ ਗੱਡੀ ਲੱਗੀ ਨਹੀਂ ਕਰੀ ਨਹੀਂ ਜੀ ਇਹਨਾਂ ਨਾਲ, ਕੁਛ ਨਹੀਂ, ਆ ਕੇ ਗਾਲਾਂ ਦੇਣ ਲੱਗ ਗਏ, ਮੂਹਰੇ ਮੋਟਰ ਖਾਣ ਲੱਗ ਗਏ। ਮੈਂ ਬ੍ਰੇਕਾਂ ਮਾਰ ਕੇ ਗੱਡੀ ਰੋਕ ਕੇ ਮਹਾਂ ਬਾਈ ਗੱਲ ਕੀ ਹੋਈ ਹੈ, ਇਹਨੇ ਮੇਰਾ ਕਨੈਕਟਰ ਕਹਿੰਦਾ ਵੀ ਕੋਈ ਗੱਲ ਤਾਂ ਹੋਈ ਨਹੀਂ, ਵੀ ਤੁਸੀਂ ਗੱਲ ਤਾਂ ਦੱਸੋ, ਗਾਲਾਂ ਮਾਵਾਂ ਪੈਣਾ ਨੇ ਕੱਢੀ ਗਏ, ਮੁੜ ਕੇ ਕਹਿੰਦੇ ਆ ਜਾ ਤੂੰ ਮੂਹਰੇ ਆ ਜਾ। ਮੈਂ ਇੰਨੀ ਗੱਲ ਜੀ ਨਹੀਂ ਗੋਲੀ ਜੀ, ਮੈਂ ਰੋਜ਼ ਹੀ ਇਹੋ ਜਿਹੇ ਕੰਮ ਹੁੰਦੇ ਰਹਿੰਦੇ, ਮੈਂ ਚਲ ਆਪਾਂ ਨੂੰ ਕੋਈ ਚੱਕਰ ਹੀ ਨਹੀਂ ਸੀਗਾ ਜੀ। ਜਦੋਂ ਮੂਹਰੇ ਗਿਆ ਜੀ ਜਾ ਕੇ ਤਾਕੀ ਖੋਲ ਕੇ ਜੀ ਨਾਲ ਦੇ ਨਾਲ ਹੀ ਥੱਲੇ ਖਿੱਚ ਲਏ ਜੀ, ਮੇਰੇ ਕੱਪੜੇ ਕੁੱਪੜੇ ਸਾਰੇ ਪਾਟ ਗਏ ਜੀ ਜਦੋਂ ਥੱਲੇ ਖਿੱਚ ਲਏ ਇੱਥੋਂ, ਫਿਰ ਤਾਂ ਜੀ ਨੀਵੀਂ ਪੈ ਗਈ, ਫਿਰ ਨਹੀਂ ਪਤਾ ਲੱਗਿਆ ਮੈਨੂੰ ਕੀ ਹੋਇਆ। ਉਹਨਾਂ ਕੋਲ ਗੜਾਸੀ ਸੀਗੀ ਜੀ, ਵਾਹਵਾ ਲੰਮੀ ਸੀਗੀ, ਮੋਟਰਸਾਈਕਲ ਤੇ ਟੰਗੀ ਹੋਈ ਸੀਗੀ, ਬੰਦੇ ਮੋਟਰਸਾਈਕਲ ਤੇ ਸੀ, ਤਿੰਨ ਜਣੇ ਸੀਗੇ, ਚਾਰ ਜਣੇ ਸੀ, ਪਤਾ ਨੀ ਤਿੰਨ ਜੀ ਪਤਾ ਨੀ ਲੱਗਿਆ ਜੀ। ਉਹ ਮੋਟਰਸਾਈਕਲ ਤੇ ਜਿਹੜੇ ਮੇਰੇ ਮੂਹਰੇ ਮੋਟਰਸਾਈਕਲ ਰੋਕਿਆ ਜੀ ਉਦੋਂ ਤਿੰਨ ਜਣੇ ਸੀਗੇ ਜੀ, ਉੱਥੇ ਆ ਕੇ ਤਾਂ ਵਾਹਵਾ ਇਕੱਠੇ ਹੋ ਗਏ ਸੀਗੇ। ਆ ਸਿਰ ਆ ਜੀ ਸਾਰਾ ਜੀ, ਤਿੰਨ ਚਾਰ ਥਾਂ ਤੋਂ ਜੀ, ਤਾਂ ਨੱਕ ਦੀ ਹੱਡੀ ਫ੍ਰੈਕਚਰ ਆ ਜੀ, ਆਪਣਾ ਅੰਬਾਲੇ ਦਾ ਜੀ। ਮਸਲਾ ਜੀ ਆਪਣੀ ਨਾ ਬੱਸ ਆ ਰਹੀ ਸੀ ਪੀ ਆਰ ਟੀ ਸੀ ਦੀ ਬਠਿੰਡੇ ਤੋਂ, ਇਹ ਜਾ ਰਹੀ ਕਿਤੇ ਆਪਣਾ ਅੰਬਾਲਾ ਕੈਂਟ ਜਾ ਰਹੀ ਸੀ ਗੱਡੀ ਇਹ, ਤੇ ਉਹ ਰਸਤੇ ਦੇ ਵਿੱਚ ਨਾ ਜਦੋਂ ਪੁਲ ਚੜ੍ਹਦੇ ਹੈਗੇ ਉੱਥੇ ਕੋਈ ਮਾੜਾ ਮੋਟਾ ਜਾਮ ਜੁੰਮ ਲੱਗ ਗਿਆ ਹੋਣਾ ਹੈਗਾ, ਇਹਨੂੰ ਕਿਹਾ ਹੋਣਾ ਮੁੰਡਿਆਂ ਨੇ ਵੀ ਸਾਈਡ ਦੇ ਦੇ, ਉਹ ਕਹਿੰਦੇ ਵੀ ਸਾਈਡ ਕਿੱਥੋਂ ਦੇਵਾਂ ਜਦੋਂ ਇੰਨੀ ਟ੍ਰੈਫਿਕੀ ਜਾਮ ਲੱਗਿਆ ਹੋਇਆ। ਬਸ ਉਹ ਗੱਲ ਨਹੀਂ ਬਾਤ ਨਹੀਂ ਹੋਈ, ਕੁਛ ਨਹੀਂ ਹੋਇਆ, ਜਦੋਂ ਆ ਕੇ ਟੀ ਪੈਡ ਤੇ ਗੱਡੀ ਰੁਕੀ ਸਵਾਰੀਆਂ ਵਾਸਤੇ ਤੇ ਇਹਨਾਂ ਨੇ ਟਾਕੀ ਖੋਲ ਕੇ ਡਰਾਈਵਰ ਦੇ ਸਿੱਧਾ ਗੰਡਾਸਾ ਹੀ ਮਾਰਿਆ ਸਿਰ ਦੇ ਵਿੱਚ, ਉਹਦਾ ਸਿਰ ਪਾੜਦਾ ਜੀ। ਉਹ ਨਸ਼ੇੜੀ ਸੀਗੇ ਜੀ, ਕੌਣ ਸੀ ਮੁੰਡੇ ਇੱਥੋਂ ਪਤਾ ਨਹੀਂ ਕਿੱਥੋਂ ਦੇ ਸੀਗੇ ਜੀ, ਉਹਨਾਂ ਕੋਲ ਖਾਪੇ ਖੁਪੇ ਸੀਗੇ ਜੀ, ਗੰਡਾਸੀ ਸੀ ਉਹਨਾਂ ਕੋਲ, ਖਾਪੇ ਖੁਪੇ ਚੱਕੀ ਫਿਰਦੇ ਸੀਗੇ ਜੀ ਪਹਿਲਾਂ ਤੋਂ ਹੀ। ਕੋਈ ਬੰਦਾ ਫੜਿਆ ਜੀ? ਹਾਂ ਇੱਕ ਮੁੰਡਾ ਫੜਿਆ ਜੀ ਲੋਕਾਂ ਨੇ, ਸ਼ਾਇਦ ਲੋਕਾਂ ਨੇ ਫੜਿਆ ਜੀ ਸ਼ਾਇਦ ਉਹ। ਅਗਲੀ ਕਾਰਵਾਈ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਜੀ, ਕੰਟਰੋਲ ਹੋਣਾ ਚਾਹੀਦਾ ਜੀ ਇਹਨਾਂ ਤੇ। ਮੁਲਾਜ਼ਮ ਮੈਂ ਬੁਲਾ ਰਹੇ ਸੀਗੇ ਜੀ, ਐਸ ਐਚ ਓ ਨੂੰ ਫੋਨ ਕੀਤਾ ਸੀਗਾ ਜੀ ਮੈਂ, ਉਹ ਆ ਗਏ ਸੀ, ਉਹਨਾਂ ਨੇ ਮੁਲਾਜ਼ਮ ਭੇਜਤੇ ਸੀਗੇ, ਤੇ ਹੁਣ ਦੇਖੋ ਉਹਨੂੰ ਲੈ ਗਏ ਸੀ ਕਿਰਕ ਮੁੰਡੇ ਨੂੰ ਜੀ, ਬਾਕੀ ਉਹ ਦੱਸੂਗਾ ਜੀ ਵੀ ਕੌਣ ਸੀ ਉਹਦੇ ਨਾਲ, ਬਾਕੀ ਆਪੇ ਦੱਸੂਗਾ।